ਬਹੁਤ ਮਸ਼ਹੂਰ ਲੰਗਰ ਨੂੰ ਕਈ ਵਿਅਕਤੀ ਜਿਹੜੇ ਆ ਢਾਲ ਲਾਉਣਾ ਚਾਹੁੰਦੇ ਆ, ਇਸ ਲੰਗਰ ਦੇ ਨਾਂ ਤੇ ਰਾਤ ਇਕੱਠੀ ਕਰਨੀ ਚਾਹੁੰਦੇ ਆ। ਮੈਂ ਇਹ ਵੀ ਬੇਨਤੀ ਕਰਨਾ ਚਾਹੁੰਦਾ ਕਿ ਗੜ ਸਿੰਘ ਦੇ ਦੇਸੀ ਘਰੇ ਲੰਗਰ ਦੇ ਨਾਂ ਤੇ ਕਿਸੇ ਨੂੰ ਰਾਤ ਨਾ ਦਿੱਤੀ ਜਾਵੇ, ਪੈਸਾ ਨਾ ਦਿੱਤਾ ਜਾਵੇ। ਯਾਨੀ ਸਤਸੰਗ ਜੋ ਚੀਜ਼ ਯੋਗਦਾਨ ਕਰਦੇ ਆ, ਇੱਕ ਇੱਕ ਪੈਸਾ ਜਿਹੜਾ ਤੁਹਾਡਾ ਸਹੀ ਪਾਸੇ ਲੱਗ ਰਿਹਾ ਆ, ਔਰ ਲੱਖਾਂ ਦੇ ਹਿਸਾਬ ਨਾਲ ਸੰਗਤਾਂ ਨੂੰ ਅਸੀਂ ਕੱਲ੍ਹ ਦੇ ਲੰਗਰ ਛਕਾ ਚੁੱਕੇ ਹਾਂ। ਧਰਮੀਰ ਸਿੰਘ ਜੀ ਪੁੰਗਰ ਨਹੀਂ ਤੋਂ, ਕਿਉਂਕਿ ਸਾਡੇ ਨਾਲ ਸੈਣੀ ਸਮਾਜ ਦਾ, ਜੱਟ ਸਮਾਜ ਦਾ, ਚੀਰ ਸਮਾਜ ਦਾ, ਐਤਕੀ ਕੁਮਾਰ ਬਰਾਦਰੀ ਦਾ ਬੜਾ ਸਾਡੇ ਨਾਲ ਸੰਜੋਗ ਆ, ਕਿਉਂਕਿ ਸਾਨੂੰ ਸਾਰਿਆਂ ਨੇ ਲੋੜ ਆ, ਕਿਉਂਕਿ ਜਿਹੜੀ ਖਬਰ ਪਹੁੰਚਾਉਂਦੇ ਆ ਦੇਸੀ ਘੇਰੇ ਲੰਗਰ ਦੇ ਨਾਂ ਦੇ, ਪਿੰਡਾਂ ਸ਼ਹਿਰਾਂ ਦੇ ਵਿੱਚ, ਦੇਸਾਂ ਵਿਦੇਸਾਂ ਦੇ ਵਿੱਚ ਮੇਰੇ ਭਾਈ ਸਾਹਿਬ ਬਲਵੀਰ ਸਿੰਘ ਜੀ ਅਤੇ ਮਿਰਕਾ ਵਾਲੇ ਉਹ ਵੀ ਦੇਖ ਰਹੇ ਆ, ਬਲਵੀਰ ਬਾਜਵੀ ਨੂੰ ਕੁੜਮ ਵੀ ਦੇਖ ਰਿਹਾ, ਹੋਰ ਸੰਗਤਾਂ ਕਈ ਦੇਖ ਰਹੀਆਂ, ਦੇਸ਼ ਵਿਦੇਸਾਂ ਦੇ ਵਿੱਚ ਸਾਡੇ ਭਰਾ ਬੈਠੇ ਆ ਜਿਹੜੇ ਮਨ ਤੇ ਤਨ ਦੇ ਨਾਲ ਆਪਣੇ ਨਾਲ ਸੇਵਾ ਕਰਦੇ ਆ। ਉਹਨਾਂ ਇੱਥੇ ਤੱਕ ਕਹਿਤਾ ਵੀ ਤੁਸੀਂ ਸੇਵਾ ਕਰੋ, ਸਾਡਾ ਹੱਥ ਤੁਹਾਡੇ ਪਿੱਛੇ ਆ। ਪੰਜਾਬੀ ਵਰਲਡ ਵਾਈਡ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯਾਨੀ ਸਾਧ ਸੰਗਤ ਜੀਓ, ਪਹਿਲਾਂ ਤਾਂ ਮੈਂ ਬੈਂਸ ਸਾਹਿਬ ਜੀ ਦਾ ਧੰਨਵਾਦ ਕਰਦਾ ਹਾਂ ਕਿ ਜਿਹੜੇ ਹਰ ਸਾਲ ਇਸ ਲੰਗਰ ਦੀ ਰਮਤਾ, ਲੰਗਰ ਦੀ ਮਾਨਤਾ ਨੂੰ ਘਰ ਘਰ ਪਹੁੰਚਾਉਂਦੇ ਆ, ਦੇਸਾਂ ਵਿਦੇਸਾਂ ਵਿੱਚ ਪਹੁੰਚਾਉਂਦੇ ਆ। ਬੜੀ ਗੁਰੂ ਸਾਹਿਬ ਜੀ ਦੀ ਕਿਰਪਾ ਹੈ। 28ਵਾਂ ਜਿਹੜਾ ਲੰਗਰ ਆ, ਬੜੀਆਂ ਠਾਠਾਂ ਮਾਰਦਾ ਇਕੱਠ ਆ, ਬੜੀ ਠਾਠਾਂ ਮਾਰਦੀਆਂ ਸੰਗਤਾਂ ਸਾਡੇ ਵਿੱਚ ਪਹੁੰਚੀਆਂ ਆ, ਔਰ ਬਹੁਤ ਵਧੀਆ ਢੰਗ ਦੇ ਨਾਲ ਲੰਗਰ ਚੱਲ ਰਿਹਾ ਆ। ਬੜੀ ਗੁਰੂ ਦੀ ਕਿਰਪਾ ਹੈ। ਸਾਡੇ ਦੇਸ਼ ਦੇ ਵਿੱਚ, ਦੇਸ਼ ਵਿਦੇਸਾਂ ਦੇ ਵਿੱਚ ਸਾਡੇ ਭਰਾ ਬੈਠੇ ਆ ਜਿਹੜੇ ਮਨ ਤੇ ਤਨ ਦੇ ਨਾਲ ਆਪਣੇ ਨਾਲ ਸੇਵਾ ਕਰਦੇ ਆ। ਉਹਨਾਂ ਇੱਥੇ ਤੱਕ ਕਹਿਤਾ ਵੀ ਤੁਸੀਂ ਸੇਵਾ ਕਰੋ, ਸਾਡਾ ਹੱਥ ਤੁਹਾਡੇ ਪਿੱਛੇ ਆ। ਕਿਉਂਕਿ ਮੈਂ ਝੂਠ ਦਾ ਤੂਫਾਨ ਨਹੀਂ ਬੰਨਣਾ ਚਾਹੁੰਦਾ, ਕਿਉਂਕਿ ਇਸ ਜਿਹੜਾ ਕਿ ਭਰੇ ਹੋਏ ਲੰਗਰ ਨੂੰ, ਔਰ ਬਹੁਤ ਮਸ਼ਹੂਰ ਲੰਗਰ ਨੂੰ ਕਈ ਵਿਅਕਤੀ ਜਿਹੜੇ ਆ ਢਾਲ ਲਾਉਣਾ ਚਾਹੁੰਦੇ ਆ, ਇਸ ਲੰਗਰ ਦੇ ਨਾਂ ਤੇ ਰਾਤ ਇਕੱਠੀ ਕਰਨੀ ਚਾਹੁੰਦੇ ਆ। ਮੈਂ ਇਹ ਵੀ ਬੇਨਤੀ ਕਰਨਾ ਚਾਹੁੰਦਾ ਵੀ ਗੜ ਸਿੰਘ ਦੇ ਦੇਸੀ ਘਰੇ ਲੰਗਰ ਦੇ ਨਾਂ ਤੇ ਕਿਸੇ ਨੂੰ ਰਾਤ ਨਾ ਦਿੱਤੀ ਜਾਵੇ, ਪੈਸਾ ਨਾ ਦਿੱਤਾ ਜਾਵੇ। ਕਿਉਂਕਿ 28 ਸਾਲ ਹੋ ਗਏ ਇੱਕੋ ਜਗ੍ਹਾ ਤੇ ਇੱਕੋ ਥਾਂ ਤੇ ਲੰਗਰ ਚੱਲਦਾ ਆ। ਬੈਂਸ ਸਾਹਿਬ ਨੇ ਵੀ ਇਹ ਗੱਲ ਕਹੀ ਸੀ ਬਹੁਤ ਵਧੀਆ, ਤੇ ਵੀਰੂ ਰਾਮ ਜੀ ਵੀ ਬਹੁਤੇ ਇਕੱਠ ਨਾਲੋਂ ਥੋੜੇ ਚੰਗੇ ਆ, ਔਰ ਵਧੀਆ ਚੰਗੇ ਆ। ਇਸ ਕਰਕੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਸਾਨੂੰ ਬਹੁਤ ਵਧੀਆ ਹੈ, ਵਧੀਆ ਬੁਲਾਰੇ ਵੀ ਆ, ਔਰ ਸਾਨੂੰ ਸੇਧ ਵੀ ਦਿੰਦੇ ਆ। ਮੈਂ ਇਹਨਾਂ ਦਾ ਧੰਨਵਾਦ ਕਰਦਾ ਬੈਂਸ ਸਾਹਿਬ ਜੀ ਦਾ, ਪ੍ਰੀਤ ਜੀ ਦਾ, ਕਿਉਂਕਿ ਜਿਹੜੀ ਖਬਰ ਪਹੁੰਚਾਉਂਦੇ ਆ ਦੇਸੀ ਘੇਰੇ ਲੰਗਰ ਦੇ ਨਾਂ ਦੇ, ਪਿੰਡਾਂ ਸ਼ਹਿਰਾਂ ਦੇ ਵਿੱਚ, ਦੇਸਾਂ ਵਿਦੇਸਾਂ ਦੇ ਵਿੱਚ ਮੇਰੇ ਭਾਈ ਸਾਹਿਬ ਬਲਵੀਰ ਸਿੰਘ ਜੀ ਅਤੇ ਮਿਰਕਾ ਵਾਲੇ ਉਹ ਵੀ ਦੇਖ ਰਹੇ ਆ, ਬਲਵੀਰ ਬਾਜਵੀ ਨੂੰ ਕੁੜਮ ਵੀ ਦੇਖ ਰਿਹਾ, ਹੋਰ ਸੰਗਤਾਂ ਕਈ ਦੇਖ ਰਹੀਆਂ। ਯਾਨੀ ਸਤਸੰਗ ਜੋ ਚੀਜ਼ ਯੋਗਦਾਨ ਕਰਦੇ ਆ, ਇੱਕ ਇੱਕ ਪੈਸਾ ਜਿਹੜਾ ਤੁਹਾਡਾ ਸਹੀ ਪਾਸੇ ਲੱਗ ਰਿਹਾ ਆ, ਔਰ ਲੱਖਾਂ ਦੇ ਹਿਸਾਬ ਨਾਲ ਸੰਗਤਾਂ ਨੂੰ ਅਸੀਂ ਕੱਲ੍ਹ ਦੇ ਲੰਗਰ ਛਕਾ ਚੁੱਕੇ ਹਾਂ। ਮੈਂ ਬੈਂਸ ਸਾਹਿਬ ਦਾ ਬਹੁਤ ਅਸੀਂ ਧੰਨਵਾਦੀ ਹਾਂ ਵੀ ਜਿਹੜੇ ਸਾਡਾ ਇਹੋ ਜਿਹਾ ਪ੍ਰਚਾਰ ਬਾਹਰ ਪਹੁੰਚਾਉਂਦੇ ਆ। ਸਾਡੇ ਚਾਚਾ ਪ੍ਰਕਾਸ਼ ਜੀ, ਪ੍ਰੇਮ ਸਿੰਘ ਜੀ, ਸਾਡੇ ਪੜੂਜਾ ਜੀ, ਗੁਰਮੀਤ ਸਿੰਘ ਜੀ ਪੁੰਗਰ ਜੀ ਤੋਂ, ਕਿਉਂਕਿ ਸਾਡੇ ਨਾਲ ਸੈਣੀ ਸਮਾਜ ਦਾ, ਜੱਟ ਸਮਾਜ ਦਾ, ਚੀਰ ਸਮਾਜ ਦਾ, ਐਤਕੀ ਕੁਮਾਰ ਬਰਾਦਰੀ ਦਾ ਬੜਾ ਸਾਡੇ ਨਾਲ ਸੰਜੋਗ ਆ, ਕਿਉਂਕਿ ਸਾਨੂੰ ਸਾਰਿਆਂ ਨੇ ਲੋੜ ਆ। ਕਿਉਂ ਗੁਰੂ ਸਾਹਿਬ ਜੀ ਨੇ ਕਿਹਾ ਸਾ, ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਬਨ ਕੋ ਆਣ, ਛੋਟ ਵੱਡੇ ਸਭ ਥੰਮ ਵਸੇ ਰਵਿਦਾਸ ਰਹੇ ਪ੍ਰਸੰਨ। ਕਿਉਂਕਿ ਜਿਹੜੀ ਰਮਤਾ ਆ ਗੁਰੂ ਸਾਹਿਬ ਜੀ ਨੇ ਬੜੀ ਬਾਣੀ ਦੇ ਵਿੱਚ ਕੀਤੀ ਆ, ਅਸੀਂ ਧੰਨਵਾਦ ਕਰਦੇ ਹਾਂ ਬੈਂਸ ਸਾਹਿਬ ਜੀ ਦਾ। ਮੈਂ ਸੰਗਤਾਂ ਅੱਗੇ ਬੇਨਤੀ ਕਰਦਾ ਵੀ ਅੱਜ ਵਿਸਾਖੀ ਦੇ ਦਿਹਾੜੇ 'ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।